ਜੇਕਰ ਉਹ ਸਾਨੂੰ ਧਮਕੀ ਦੇ ਸਕਦੇ ਆ ਤਾਂ ਉਹਨਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਆ, ਸਿੱਖਾਂ ਨੇ ਵੀ ਕੋਈ ਹੱਥਾਂ ਅੰਦਰ ਚੂੜੀਆਂ ਨਹੀਂ ਪਾਈਆਂ, ਪਰ ਇਹ ਨਹੀਂ ਕਿ ਜੇ ਕੋਈ ਸਾਨੂੰ ਧਮਕੀ ਦੇਵੇ ਤਾਂ ਅਸੀਂ ਚੁੱਪ ਰਵਾਂਗੇ। ਉਹ ਇਸ ਭੁਲੇਖੇ 'ਚ ਨਾ ਰਹਿਣ, ਇੱਟ ਦਾ ਜਵਾਬ ਪੱਥਰ ਦਾ ਜਵਾਬ ਇੱਟ ਨਾਲ ਦੇਣਾ ਅਸੀਂ ਵੀ ਜਾਣਦੇ ਹਾਂ, ਪਰ ਐਸਾ ਜਵਾਬ ਦੇਵਾਂਗੇ ਉਹ ਜ਼ਿੰਦਗੀ ਭੁੱਲ ਜਾਣਗੇ, ਕਦੀ ਦੁਬਾਰਾ ਕਦੀ ਕੋਸ਼ਿਸ਼ ਵੀ ਕਰਨਗੇ। ਕੋਈ ਸਾਨੂੰ ਧਮਕਾਉਣ ਦੀ ਕੋਸ਼ਿਸ਼ ਨਾ ਕਰੇ, ਕੋਈ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੇ। ਇਸ ਮਾਮਲੇ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਸੰਗਿਆਨ ਲੈਂਦੇ ਹੋਏ ਇਸ ਮਾਮਲੇ ਤੇ ਮੁੱਖ ਮੰਤਰੀ ਮੇਘਾਲਿਆ ਨੂੰ ਮਿਲਣ ਦੀ ਗੱਲਬਾਤ ਕਹੀ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਵਫਦ ਮਿਲੇਗਾ ਤੇ ਉਹਨਾਂ ਨੇ HLNC ਨੂੰ ਵਾਰਨ ਵੀ ਕੀਤਾ ਹੈ ਕਿ ਉਹਨਾਂ ਦੇ ਵੱਲੋਂ ਜੇ ਕੋਈ ਕਾਰਵਾਈ ਜੇ ਸਿੱਖਾਂ ਦੇ ਖਿਲਾਫ਼ ਕੀਤੀ ਜਾਏਗੀ ਤੇ ਉਹ ਚੁੱਪ ਨਹੀਂ ਬੈਠਣਗੇ ਔਰ ਇੱਟ ਦਾ ਜਵਾਬ ਜਿਹੜਾ ਹੈਗਾ ਪੱਥਰ ਨਾਲ ਦਿੱਤਾ ਜਾਵੇਗਾ। ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਨੇ ਕੀ ਕਿਹਾ ਇਸ ਬਾਰੇ। ਅਸੀਂ ਹੁਣੇ ਬੜੀ ਵਿਚਾਰ ਕੀਤੀ ਆ, ਸ਼ਿਲੋਂਗ ਦੀ ਘਟਨਾ ਕ੍ਰਮ ਬੜੀ ਹੀ ਇੱਕ ਸ਼ਰਮਨਾਕ ਆ ਪੂਰੇ ਦੇਸ਼ ਵਾਸਤੇ। ਜਿਹੜੀ ਉੱਥੋਂ ਦੀ ਇੱਕ ਹਾਰਟ ਲਾਈਨਸ ਦੀ ਇੱਕ ਸੰਸਥਾ ਹੈ ਜਿਸਨੇ ਉੱਥੇ ਰਹਿ ਰਹੇ ਸਾਡੇ ਪੰਜਾਬੀਆਂ ਨੂੰ ਇਹ ਧਮਕੀ ਦਿੱਤੀ ਆ, ਮੈਂ ਉਹ ਲਾਈਨ ਤੁਹਾਨੂੰ ਪੜ੍ਹ ਦੇਵਾਂ, ਬੜੀ ਇੰਪੋਰਟੈਂਟ ਲਾਈਨ ਆ। ਜਿਹੜੀ HMLC ਜਿਹੜੀ ਉੱਥੋਂ ਦੀ ਇੱਕ ਹਾਰਟ ਲਾਈਨਸ ਸੰਸਥਾ ਹੈ, ਉਹਨਾਂ ਨੇ ਜੋ ਕਿਹਾ, ਮੈਂ ਤੁਹਾਨੂੰ ਐਗਜੈਕਟ ਵਰਡ ਪੜ੍ਹਦੇ ਹਾਂ। ਉਹਨਾਂ ਲਿਖਿਆ, ਦਿਸ ਇਜ ਨੋਟ ਓਨਲੀ ਅ ਵਾਰਨਿੰਗ ਵੈਨ ਇਟ ਕਮਸ ਟੂ ਪ੍ਰੋਟੈਕਟ ਦੀ ਇੰਟਰਸਟ ਆਫ ਪੀਪਲ, ਦੇ ਸ਼ਲ ਪ੍ਰੈਸ ਦੀ ਟ੍ਰਿਗਰ ਐਂਡ ਦੇਅਰ ਪੀਪਲ ਵਿਲ ਫਾਲ ਟੂ ਆਵਰ ਬੁਲੇਟਸ। ਸਾਡੀਆਂ ਗੋਲੀਆਂ ਦੇ ਉਹ ਲੋਕ ਸ਼ਿਕਾਰ ਹੋਣਗੇ। ਦੂਜੀ ਗੱਲ, ਦੇ ਮੇ ਰਿਮੇਨ ਅੰਡਰ ਦੀ ਪ੍ਰੋਟੈਕਸ਼ਨ ਆਫ ਸਿਕਿਉਰਿਟੀ ਫੋਰਸਿਸ ਇਨ ਸ਼ਿਲੋਂਗ। ਉਹ ਸ਼ਿਲੋਂਗ ਤੇ ਸਿਕਿਉਰਿਟੀ ਫੋਰਸਿਸ ਦੀ ਪ੍ਰੋਟੈਕਸ਼ਨ 'ਚ ਰਹਿ ਸਕਦੇ ਨੇ, ਬਟ ਦੇ ਸ਼ੁੱਡ ਨੋਟ ਫੋਰਗੇਟ ਦੇਅਰ ਕਮਿਊਨਿਟੀ ਇਜ਼ ਪ੍ਰੈਜੈਂਟ ਇਨ ਖਾਸੀ ਐਂਡ ਜਨਤਾ ਹਿਲਸ। ਇਫ ਦੇ ਪ੍ਰੋਵੋਕਡ, ਵੀ ਵਿਲ ਨੋਟ ਕੰਪੈਲ ਅਟੈਕ ਦੇਅਰ ਕਮਿਊਨਿਟੀ ਵਿਦਆਊਟ ਫੇਲ, ਵੀ ਵਿਲ ਬੀ ਕੰਪੈਲ ਟੂ ਅਟੈਕ ਦੇਅਰ। ਦੈਨ ਦਾ ਹਰੀਜਨ ਪੰਚਾਇਤ ਕਮੇਟੀ ਵਿਲ ਸ਼ੋਲਡਰ ਰਿਸਪੋਂਸੀਬਿਲਟੀ ਫੋਰ ਐਨੀ ਲਾਈਫਸ ਆਰ ਲੋਸਟ। ਬੰਦੇ ਮਰਨਗੇ, ਇਹਦੀ ਜ਼ਿੰਮੇਵਾਰੀ ਪੰਜਾਬੀ ਬਸ ਵਿੱਚ ਰਹਿਣ ਵਾਲੇ ਹਰੀਜਨ ਕਮਿਊਨਿਟੀ ਦੀ ਹੋਊਗੀ। ਇਸ ਤਰ੍ਹਾਂ ਦੀ ਧਮਕੀ ਜਿਹੜੀ ਦਿੱਤੀ ਗਈ ਆ, ਇਹ ਬੜੀ ਸ਼ਰਮਨਾਕ ਆ। ਅਸੀਂ ਉੱਥੋਂ ਦੇ ਮੁੱਖ ਮੰਤਰੀ ਨਾਲ ਸੰਪਰਕ ਸਾਧ ਰਹੇ ਹਾਂ, ਪਰਸੋਂ ਸਾਡਾ ਡੈਲੀਗੇਸ਼ਨ ਇੱਕ ਜਾਏਗਾ ਜਿਹੜਾ ਜਾ ਕੇ ਦੁਬਾਰਾ ਸਰਕਾਰ ਨਾਲ ਆਪਣਾ ਰਾਬਤਾ ਕਾਇਮ ਕਰੇਗਾ। ਸਰਦਾਰ ਗੁਰਜੀਤ ਸਿੰਘ ਜੀ ਜਿਹੜੇ ਸਾਡੇ ਉਸ ਹਰੀਜਨ ਪੰਚਾਇਤ ਦੇ ਮੁਖੀ ਨੇ ਔਰ ਸਾਡੇ ਸੰਪਰਕ ਅੰਦਰ ਨੇ, ਜਿਹਨਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਾਰੇ ਕੇਸ ਲੜ ਰਹੀ ਸੀ, ਉਹਨਾਂ ਨੂੰ ਅਸੀਂ ਆਸ਼ਵਾਸਨ ਦਵਾਇਆ ਹੈ, ਦੇਸ਼ ਔਰ ਦੁਨੀਆਂ ਦੇ ਸਾਰੇ ਸਿੱਖ ਤੁਹਾਡੇ ਨਾਲ ਨੇ, ਕਿਸੇ ਦੀ ਜ਼ਰੂਰਤ ਨਹੀਂ। ਜੇਕਰ ਉਹ ਸਾਨੂੰ ਧਮਕੀ ਦੇ ਸਕਦੇ ਆ ਤਾਂ ਉਹਨਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਆ, ਸਿੱਖਾਂ ਨੇ ਵੀ ਕੋਈ ਹੱਥਾਂ ਅੰਦਰ ਚੂੜੀਆਂ ਨਹੀਂ ਪਾਈਆਂ, ਅਸੀਂ ਵੀ ਉਹ ਕੌਮ ਨਹੀਂ ਕਿ ਅਸੀਂ ਕਿਸੀਆਂ ਜਾਤੀਆਂ ਨੂੰ ਬਰਦਾਸ਼ਤ ਕਰੀਏ। ਅਸੀਂ ਜ਼ੁਲਮ ਦਾ ਟਾਕਰਾ ਕਰਨ ਵਾਲੇ ਲੋਕ ਹਾਂ, ਦਬੇ ਕੁਚਲੇ ਲੋਕਾਂ ਨੂੰ ਬਚਾਉਣ ਵਾਲੇ, ਦਬੇ ਕੁਚਲੇ ਲੋਕਾਂ ਦੇ ਨਾਲ ਖੜੇ ਹੋਣ ਵਾਲੇ, ਕਿਸੇ ਅਪਲਾ ਤੇ ਹੋ ਰਹੇ ਅਤਿਆਚਾਰ ਦੇ ਖਿਲਾਫ਼ ਬੋਲਣ ਵਾਲੇ ਲੋਕ ਹਾਂ, ਪਰ ਇਹ ਨਹੀਂ ਕਿ ਜੇ ਕੋਈ ਸਾਨੂੰ ਧਮਕੀ ਦੇਵੇ ਤਾਂ ਅਸੀਂ ਚੁੱਪ ਰਵਾਂਗੇ। ਮੈਂ ਵੀ ਉਹਨਾਂ ਨੇ ਦੱਸਣਾ ਚਾਹੁੰਦਾ ਹਾਂ ਕਿ ਦੁਨੀਆਂ ਭਰ 'ਚ ਸਾਡੇ ਸਿੱਖਾਂ ਨੂੰ ਇਸ ਗੱਲ ਦੀ ਚਿੰਤਾ ਹੈ ਔਰ ਦੁਨੀਆਂ ਭਰ ਦੇ ਸਿੱਖਾਂ ਨੂੰ ਇਹ ਰਿਐਕਸ਼ਨ ਬੜਾ ਸ਼ਾਰਪ ਰਿਐਕਸ਼ਨ ਆ ਰਿਹਾ ਹੈ ਕਿ ਜੇਕਰ ਉਹਨਾਂ ਨੇ ਕੋਈ ਐਸੀ ਘਟਨਾ ਕਰਨ ਕਰਨ ਦੀ ਕੋਸ਼ਿਸ਼ ਕੀਤੀ, ਉਹ ਤਾਂ ਕੇਵਲ ਔਰ ਕੇਵਲ ਮੇਘਾਲਿਆ ਤੱਕ ਸੀਮਿਤ ਆ, ਪਰ ਅਸੀਂ ਦੁਨੀਆਂ ਦੇ ਹਰ ਕੋਨੇ ਤੱਕ ਸੀਮਿਤ ਹਾਂ। ਸਾਡੀਆਂ ਸੀਮਾਵਾਂ ਉਹਨਾਂ ਦੀਆਂ ਸੀਮਾ ਤੋਂ ਬਹੁਤ ਵੱਡੀਆਂ ਨੇ, ਉਹ ਇਸ ਭੁਲੇਖੇ 'ਚ ਨਾ ਰਹਿਣ। ਇੱਟ ਦਾ ਜਵਾਬ ਪੱਥਰ ਦਾ ਜਵਾਬ ਇੱਟ ਨਾਲ ਦੇਣਾ ਅਸੀਂ ਵੀ ਜਾਣਦੇ ਹਾਂ, ਔਰ ਐਸਾ ਜਵਾਬ ਦੇਵਾਂਗੇ ਉਹ ਜ਼ਿੰਦਗੀ ਭੁੱਲ ਜਾਣਗੇ, ਕਦੀ ਦੁਬਾਰਾ ਕਦੀ ਕੋਸ਼ਿਸ਼ ਵੀ ਕਰਨਗੇ। ਮੈਂ ਉਹਨਾਂ ਨੂੰ ਇਹ ਵੀ ਯਾਦ ਪਾਉਣਾ ਚਾਹੁੰਦਾ ਹਾਂ, ਉਹਨਾਂ ਨੇ 2006 'ਚ ਵੀ ਧਮਕੀ ਦਿੱਤੀ ਸੀ ਔਰ ਫਿਰ ਧਮਕੀ ਦਾ ਜੋ ਜਵਾਬ ਉਹਨਾਂ ਨੂੰ ਮਿਲਿਆ ਸੀਗਾ, 11 ਸਾਲ ਹੋ ਗਏ, 12 ਸਾਲ ਦੁਬਾਰਾ ਬੋਲੇ ਨਹੀਂ ਅੱਜ ਤੱਕ। ਇਸ ਕਰਕੇ ਕੋਈ ਸਾਨੂੰ ਧਮਕਾਉਣ ਦੀ ਕੋਸ਼ਿਸ਼ ਨਾ ਕਰੇ, ਕੋਈ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੇ। ਅਸੀਂ ਆਪ ਕਿਸੇ ਦੇ ਖਿਲਾਫ਼ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੁੰਦੇ, ਪਰ ਸੁਣਦੇ ਵੀ ਆਦੀ ਨਹੀਂ ਹੈਗੇ। ਇਹ ਅਸੀਂ ਉੱਥੋਂ ਦੀ ਸਰਕਾਰ ਨੂੰ ਆਗਾਹ ਕਰਨਾ ਚਾਹੁੰਦੇ ਹਾਂ।